ਹੁਣ ਦੱਸੋ ਜੀ ਕੌਣ ਵਿਗੜੀ ਕਿਕੜੀ ਤਿਕੜੀ ਯਾਰ ਇਹ ਗੱਲ ਨਾ ਤੂੰ ਮੈਨੂੰ ਪਹਿਲੇ ਵੀ ਦੱਸਿਆ ਤੇ ਇੱਕ ਆਪਣਾ ਗੰਦਾ ਹੱਥ ਮੇਰੇ ਤੋਂ ਦੂਰ ਰੱਖ ਪਲੀਜ਼ ਮੈਂ ਨਹਾ ਧੋ ਕੇ ਆਉਣ ਵਾਲਾ ਬੰਦਾ ਤੂੰ ਆ ਕੇ ਗੰਦਾ ਹੱਥ ਮੇਰੇ ਮੂਹਰੇ ਕਰਤਾ ਹਾਂ ਹੁਣ ਦੱਸ ਮਿਕੜੀ ਤਿਕੜੀ ਛਿਕੜੀ ਕੌਣ ਤੂੰ ਚਲੋ ਮੁੱਦੇ ਤੇ ਆਉਣੇ ਆ ਨਹੀਂ ਮੁੱਦੇ ਤੇ ਨਹੀਂ ਆ ਸਕਦੇ ਤੁਸੀਂ ਜੀ ਜਨਾਬ ਚਾਹੇ ਮੁੱਦਾ ਹੋ ਕੇ ਨਿਕਲ ਗਿਆ ਤੁਸੀਂ ਕਦੇ ਤੁਸੀਂ ਡੇਲੀ ਡੋਸ ਚਾਣਾ ਤੇ ਦੱਸੋ ਉਹਨਾਂ ਨਾਲ ਗੱਲ ਕਰ ਲੈਣੇ ਤੁਹਾਡੀ ਜਿਹੜੀ ਮੈਂ ਤੁਹਾਨੂੰ ਡੋਜ ਦੇਣੀ ਆ ਨਾ ਉਸ ਡੋਜ ਤੋਂ ਡਰ ਕੇ ਤੁਸੀਂ ਪਤਾ ਨਹੀਂ ਕਿੱਥੇ ਚੱਲ ਜਾਣਾ ਓ ਰੀਲੀ ਯੈਸ ਚਲੋ ਦੇਖ ਲੈਨੇ ਅੱਦਾਂ ਵੀ ਕੋਈ ਗੱਲ ਨਹੀਂ ਫੋਨ ਚੱਕ ਲੈਨੇ ਹੋ ਕੋਈ ਨਹੀਂ ਅੱਛਾ ਮੈਨੂੰ ਇਹ ਦੱਸੋ ਵੀ ਤੁਸੀਂ ਕਦੇ ਭੂਤਾਂ ਦੇਖੀਆਂ ਹਾਂਜੀ ਭੂਤ ਦੇਖੇ ਭੂਤ ਯਾਰ ਹੁਣ ਤੱਕ ਮੈਂ ਜੋ ਸੁਣਿਆ ਕਿ ਭੂਤ ਕਿਸੇ ਨੂੰ ਦਿਖਦੇ ਨਹੀਂ ਕਿਉਂ ਲੱਗਦਾ ਤੇਰਾ ਕੀ ਵਿਚਾਰ ਹੈ ਸਿਰ ਨਹੀਂ ਦਿਖਦੇ ਹੈਨਾ ਜਾਂ ਫਿਰ ਅੱਜ ਮੈਂ ਦੇਖਿਆ ਜੀ ਤੂੰ ਕਿੱਥੇ ਦੇਖੇ ਆ ਖੜਾ ਜੀ ਇਹ ਖੜਾ ਕੀ ਮਤਲਬ ਹੈ ਭੂਤ ਲੱਗਣ ਦਾ ਤੈਨੂੰ ਹਾਂ ਬੇਟਾ ਜਿਹਦੀ ਸ਼ਕਲ ਮਤਲਬ ਜੇ ਸ਼ਕਲ ਉਹੋ ਜੀ ਹੋਵੇ ਤਾਂ ਉਹਦਾ ਜ਼ਰੂਰੀ ਮਤਲਬ ਨਹੀਂ ਹੁੰਦਾ ਕੋਈ ਭੂਤ ਹੀ ਹੋਵੇ ਵੈਸੇ ਬੰਦਾ ਵੀ ਕੋ ਭੈੜਾ ਹੁੰਦਾ ਦੁਨੀਆ ਤੇ ਤੈਨੂੰ ਕਿ ਲੱਗਦਾ ਭੈੜੇ ਬੰਦੇ ਹੈ ਨਹੀਂ ਸ਼ੀਸ਼ੇ ਨਹੀਂ ਦੇਖਦਾ ਸਵੇਰੇ ਤੂੰ ਐ ਤੂੰ ਭੈੜਾ ਨਹੀਂ ਦੇਖਿਆ ਜੀ ਕਦੀ ਤੂੰ ਉੱਠ ਕੇ ਦੇਖਿਆ ਕਰ ਨਾ ਸਵੇਰੇ ਉੱਠ ਕੇ ਕਿਉਂ ਨਹੀਂ ਦੇਖਦਾ ਸ਼ੀਸ਼ਾ ਤੂੰ ਸ਼ੀਸ਼ਾ ਨਹੀਂ ਹੈਗਾ ਨਾ ਸਿਰਨੇ ਦੇ ਘਰ ਸੈਲਫੀ ਫੋਨ ਸਰੂ ਕਰਕੇ ਦਿਖਾ ਦੇ ਸਰ ਇਹੋ ਜੇ ਬੜੇ ਅੰਧ ਵਿਸ਼ਵਾਸੀ ਲੋਕ ਹੁੰਦੇ ਆ ਅੱਛਾ ਛੋਟੇ ਛੋਟੇ ਅੱਛਾ ਇਹ ਟ੍ਰੈਫਿਕ ਦੀਆਂ ਲਾਈਟਾਂ ਤੇ ਨਹੀਂ ਰੁਕਦੇ ਬਿੱਲੀ ਨੂੰ ਵੇਖ ਕੇ ਰੁਕ ਜਾਂਦੇ ਆ ਬੜੇ ਅੰਧ ਵਿਸ਼ਵਾਸੀ ਲੋਕ ਦੇਖੇ ਮੈਂ ਅੱਛਾ ਜੀ ਹਾਂ ਪਰ ਤੁਸੀਂ ਮੈਨੂੰ ਆਪਣੀ ਸੈਲਫ ਦੱਸੀ ਨਹੀਂ ਕਿ ਕੌਣ ਸਾਹਿਬ ਤੁਸੀਂ ਕੀ ਹਾਂ ਭੂਤਾਂ ਦੀ ਗੱਲ ਕਰ ਨਹੀਂ ਮੈਂ ਨਹੀਂ ਦੇਖੇ ਜੀ ਭੂਤ ਹਾਂ ਸੁਣਿਆ ਬਹੁਤ ਆ ਔਰ ਮੈਨੂੰ ਭੂਤਾਂ ਤੋਂ ਡਾਡੁਰ ਲੱਗਦਾ ਹੁੰਦਾ ਸੀ ਛੋਟੇ ਦੇ ਹੁਣ ਨਹੀਂ ਕਦੇ ਦੇਖਣ ਦੀ ਚਾਹ ਵੀ ਨਹੀਂ ਹੋਈ ਨਹੀਂ ਚਾਹ ਨਹੀਂ ਰਸ ਬਹੁਤ ਹੋਏ ਮੈਨੂੰ ਰਸ ਫੈਨ ਬਾਕਰਖਾਨੀਆਂ ਐਦਾਂ ਦੀਆਂ ਚੀਜ਼ਾਂ ਬਹੁਤ ਮੈਨੂੰ ਮੈਂ ਲਾਈਕ ਕਰਨਾ ਪਰ ਮੈਨੂੰ ਪਤਾ ਪਾਲੀ ਜੀ ਜਦੋਂ ਤੁਸੀਂ ਪੰਜਾਂ ਦੀ ਦਹੀਂ ਲੈਣ ਜਾਂਦੇ ਹੁੰਦੇ ਸੀ ਹਾਂ ਜਦੋਂ ਤੁਸੀਂ ਦਹੀਂ ਲੈਣ ਜਾਂਦੇ ਹੁੰਦੇ ਪਿੱਛੇ ਪੈਰਾਂ ਦੀ ਟਕ ਟਕ ਹੁੰਦੀ ਸੀ ਤੇ ਤੁਸੀਂ ਐਦਾਂ ਦੇਖਦੇ ਹੁੰਦੇ ਸੀ ਮੋੜ ਤੋਂ ਭੱਜਦੇ ਹੁੰਦੇ ਸੀ ਪਾਲੀ ਜੀ ਯਾਦ ਕਰੋ ਇਹ ਤਾਂ ਹੁੰਦਾ ਸੀ ਵੀ ਫਿਰ ਉਹ ਡਰ ਅੰਦਰਲਾ ਤੁਹਾਡੇ ਹਾਂ ਹਾਂ ਉਹ ਭੂਤ ਹੁੰਦੀ ਆ ਹੁੰਦੀ ਆ ਹਾਂ ਇਹ ਤੁਹਾਡੀ ਤਾਈ ਦੀ ਕੁੜੀ ਹੁੰਦੀ ਆ ਕੌਣ ਹੁੰਦੀ ਹੈ ਮਤਲਬ ਭੂਤ ਕੀ ਹੁੰਦੀ ਹੈ ਉਹ ਸਾਡੇ ਰਿਸ਼ਤੇਦਾਰੀ ਚੋਂ ਹੀ ਆ ਅੱਛਾ 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 ਉਹ ਉੱਥੇ ਉਹਨਾਂ ਦਾ ਮਤਲਬ ਉਸ ਏਰੀਏ ਚ ਉਹਨਾਂ ਦੇ ਤੁਹਾਡੇ ਰਿਸ਼ਤੇਦਾਰੀ ਚ ਕਿੱਦਾਂ ਮਤਲਬ ਕੌਣ ਹੋ ਤੁਸੀਂ ਮੈਂ ਆਪਣਾ ਨਾਂ ਦੱਸਤਾ ਹਾਂ ਉਹ ਤਾਂ ਦੱਸਤਾ ਪਰ ਪ੍ਰੋਫੈਸ਼ਨ ਕੀ ਹੈ ਤੁਹਾਡਾ ਪ੍ਰੋਫੈਸ਼ਨ ਮੇਰਾ ਇਹ ਆ ਵੀ ਲੋਕਾਂ ਨੂੰ ਡਰਾਉਣਾ ਮਤਲਬ ਐਸੇ ਬਦਮਾਸ਼ ਹੈ ਤੂੰ ਲੋਕਾਂ ਨੂੰ ਡਰਾ ਕੇ ਪੈਸੇ ਲੈਣਾ ਤੂੰ ਨਹੀਂ 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 ਹਾਂ ਤੁਸੀਂ ਮੇਰੇ ਕੰਮ ਤੇ ਨਾ ਜਾਓ ਮੇਰੀ ਸ਼ਕਲ ਤੇ ਜਾਓ ਨਹੀਂ 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 ਮੈਂ ਤੇਰੇ ਵਰਗੇ ਦੇ ਘਰ ਨਾ ਜਾਵਾਂ ਕੰਮ ਤੇ ਨਾ ਜਾਓ ਸ਼ਕਲ ਤੇ ਨਾ ਜਾਵਾਂ ਸਮਝ ਲੈ ਹੁਣ ਤੂੰ ਅੰਦਰ ਕੀ ਕੀ ਸੀਗੀ ਉਹ ਗੱਲ ਜਿਹੜੀ ਮੈਂ ਤੈਨੂੰ ਕਹਿਣੀ ਸੀਗੀ ਪੜ੍ਹ ਲੈ ਜਜ਼ਬਾਤ ਪੜ੍ਹ ਲੈ ਮੈਂ ਹਾਂ ਚੰਗਾ ਜੇ ਸਕੂਲ ਪੜ੍ਹ ਲੈਂਦਾ ਤੇ ਸ਼ਾਇਦ ਅੱਜ ਕਿਤੇ ਚੰਗੇ ਚੈਨਲ 'ਚ ਲੱਗਾ ਹੁੰਦਾ ਸੱਚ ਨਹੀਂ ਬਰਦਾਸ਼ਤ ਹੋਇਆ ਮਜ਼ਾਕ ਮਜ਼ਾਕ ਉਹੀ ਕਰੀਦਾ ਇੱਥੇ ਤੁਹਾਡੇ ਵਾਂਗੂ ਹੁੰਦੇ ਤੇ ਹੁਣ ਬੰਦ ਹੋ ਜਾਣਾ ਸੀ ਇਹ ਛੋਟੇ ਵੀਰ ਹੈਲਪ ਕਰੋਗੇ ਕਰਦੇ ਆ ਜੀ ਹਾਂ ਕਰਦੇ ਕਰਦੇ ਤੇਰੇ ਕੋਲ ਹੋਣੀ ਵੀ ਕਿੰਨੀ ਹੈ ਇੰਨੀ ਕੁ ਜਿੱਥੇ ਤੇਰੀ ਹੈਲਪ ਹੈ ਦੇ ਦੇ ਉਹਨੂੰ ਵੀ ਕਰ ਦਿਆਂਗੇ ਤੁਸੀਂ ਕਰ ਦਿਆਂਗੇ ਪਤਾ ਕਿਹਦੇ ਨਾਲ ਗੱਲ ਕਰ ਰਹੇ ਹੋ ਹੈਲਪ ਕਰ ਦਿਆਂਗੇ ਕਿਹਦੇ ਨਾਲ ਕਰ ਰਹੇ ਹੋ ਮੇਰੇ ਨਾਲ ਗੱਲ ਕਰ ਰਹੇ ਹੋ ਤੇ ਮੈਂ ਕੀ ਮੰਦਬੁੱਧੀ ਹਾਂ ਮੈਨੂੰ ਨਹੀਂ ਪਤਾ ਤੇਰੇ ਨਾਲ ਗੱਲ ਕਰਨ ਦੇ ਰਿਲੈਕਸ ਪਾਲੀ ਜੀ ਵਿਦ ਦਾ ਭੂਤਨਾਥ ਪਾਰਟੀ ਸੋਮਨਾਥ ਦਾ ਪਤਾ ਸਾਨੂੰ ਭੂਤਨਾਥ ਕੌਣ ਆਹੋ ਉਹ ਦਾ ਛੋਟਾ ਭਰਾ ਤੇ ਨਹੀਂ ਛੋਟੇ ਵੀਰ ਹੈਲਪ ਕਰੀ ਯਾਰ ਹੈਲਪ ਕਰੋ ਇਹ ਕੀ ਹੈਲਪ ਕਹਿੰਦਾ ਬਾਰੀ ਬਰਸੀ ਕਰਨ ਗਈ ਸੀ ਬਾਰੀ ਬਰਸੀ ਕਰਨ ਗਈ ਸੀ ਜਦੋਂ ਮੈਂ ਖੱਟਣ ਗਈ ਨਾ ਉੱਥੇ ਇੱਕ ਬੰਦਾ ਮਿਲਿਆ ਮੈਂ ਉਹਨੂੰ ਕਿਹਾ ਮੈਂ ਕਿਹਾ ਖੱਟ ਕੇ ਲਿਆ ਕੁਝ ਖਸਮਾ ਕਾਲੇ ਕਾਲੇ ਮੁਕੜੇ ਤੇ ਕਾਲਾ ਕਾਲਾ ਚਸ਼ਮਾ ਦਾਸ ਵੀ ਕਰਕੇ ਕਾਲੇ ਕਾਲੇ ਮੁਕੜੇ ਤੇ ਕਾਲਾ ਕਾਲਾ ਚਸ਼ਮਾ ਮੂੰਹ ਵੇਖੋ ਇਹਦਾ ਪਾਲੇ ਸਰ ਜੀ ਜਿਵੇਂ ਬੂਟਾਂ ਤੇ ਬੰਨਿਆ ਹੁੰਦਾ ਤਸ਼ਮਾ ਕਾਲੇ ਕਾਲੇ ਮੁਕੜੇ ਤੇ ਕਾਲਾ ਕਾਲਾ ਚਸ਼ਮਾ ਕਾਲੇ ਕਾਲੇ ਮੁਕੜੇ ਤੇ ਕਾਲਾ ਕਾਲਾ ਚਸ਼ਮਾ ਦੇਖਦੀਆਂ ਮੈਨੂੰ ਸਾਰਿਆ ਬਾਸ਼ਾ ਨੇ ਚਪੇੜਾ ਮਾਰਨੀ ਆ ਤੇਰੇ ਦੇਖੀ ਇਸ ਗੱਲ ਤੇ ਤੇ ਜਿੱਦਾਂ ਦੀ ਇਹਨਾਂ ਨੇ ਡੁੱਗੀ ਲਈ ਮੇਰਾ ਜੀ ਕਰਦਾ ਡੁੱਗੀ ਪਾਉਂਦੇ ਆ ਵਾਹ ਵਾਹ ਛੋਟੇ ਵੀਰ ਹੈਲਪ ਕਰ ਤੂੰ ਉਹ ਕੀ ਮੈਂ ਤੇਰੇ ਕੀ ਕੋਟ ਲਾ ਯਾਰ ਇਹਨਾਂ ਨੂੰ ਮੈਂ ਦਿਖਾ ਹੈਲਪ ਨੂੰ ਦੱਸ ਵੀ ਨਾ ਕਿ ਕਿਹੜੀ ਹੈਲਪ ਕਰਨੀ ਛੋਟੇ ਵੀਰ ਹੈਲਪ ਕਰ ਉਹ ਪਿੱਛੋਂ ਕੋਈ ਹੋਰ ਹੈਲਪ ਕਰ ਕੇ ਦੱਸ ਦੇਣਾ ਤੁਸੀਂ ਕਿਹਦੇ ਨਾਲ ਗੱਲਾਂ ਕਰਨੇ ਆ ਹੋਰ ਤੇਰੇ ਇੱਥੇ ਕੋਈ ਕੱਟ ਲਾ ਜੇ ਦੰਦੀ ਵੱਢ ਜਵੇ ਕੋਈ ਹੈਲਪ ਕਰ ਜਵੇ ਤੇ ਫਿਰ ਤੂੰ ਟਾਂਗ ਬਣਾਉਂਦਾ ਤੇ ਜਿਹੜੇ ਇਹਦੇ ਵੱਟ ਪੈਣੇ ਮੇਰੇ ਤੋਂ ਫਿਰ ਕਾਹਦੇ ਵੱਟ ਪੈਣੇ ਉਹਦੇ ਹੈਲਪ ਕਰਕੇ ਨਹੀਂ ਛੋਟੇ ਵੀਰ ਹੈਲਪ ਕਰ ਯਾਰ ਤੂੰ ਤੇਰੇ ਹੱਥ ਟੁੱਟੇ ਆ ਦੇ ਕੱਪੜੇ ਲਾਉਣ ਨੂੰ ਕਹਿੰਦਾ ਉਹ ਟੁੱਟੇ ਹੀ ਹੋਣੇ ਤਾਂ ਹੀ ਕਿਹਾ ਉਹਨੇ ਚੱਲ ਕਿੱਦਾਂ ਲਾਈਦਾ ਜੀ ਇਹ ਤਾਂ ਮੈਂ ਕਦੇ ਪਾਇਆ ਹੀ ਨਹੀਂ ਛੱਡ ਭਰੇ ਆ ਦੇਖੋ ਜੀ ਆਪੇ ਹੀ ਲਾ ਲਿਆ ਜੀ ਤੈਨੂੰ ਤਾਂ ਮੌਤ ਪੈਂਦੀ ਹੋਣੀ ਹੈ ਹਾਂ ਹਾਏ ਸਰ ਆਪਾ
ਤੁਹਾਡਾ ਸਰੀਰ ਕਿੱਥੇ ਗਿਆ ਬਾਕੀ? ਜਿਉਂਦੀਆਂ ਜਾਗਦੀਆਂ ਪੂਤਾਂ ਦੇਖਿਆ ਮਿਸਟਰ ਪਾਲੀ। ਪੁੱਤਰ ਸੌਂ ਲੱਗੇ, ਮੈਨੂੰ ਉਹਦੇ ਤੋਂ ਇੰਨਾ ਡਰ ਨਹੀਂ ਲੱਗਣ ਡਿਆ ਜਿੰਨਾ ਤੇਰਾ ਆਹ ਮੂੰਹ ਦੇਖ ਕੇ ਲੱਗਣ ਡਿਆ। ਇਹਦੇ ਨਾਲ ਮੈਨੂੰ ਲੱਗਦਾ ਮੈਨੂੰ ਉਹਦੇ ਨਾਲ ਫਿਰ ਮੈਂ 8 ਦਿਨ ਠੀਕ ਰਹਾਂਗਾ। ਇਹਦੇ ਨਾਲ ਘੱਟੋ ਘੱਟ 1.5 ਮਹੀਨਾ ਨੀਂਦ ਨਹੀਂ ਆਣੀ ਮੈਨੂੰ। ਸਰ ਡਰ ਨਾ ਹੋ ਗਿਆ ਇਦਾਂ ਮੈਨੂੰ? ਕਿਹੜਾ ਓਏ ਤੈਨੂੰ ਕੋ ਡਰ ਨਾ ਹੋ ਗਿਆ? ਤੂੰ ਤੇ ਨਹੀਂ ਕੁਛ ਕਰਤਾ ਡਰ ਨਾਲ? ਹੋ ਜਾਣਾ ਜੀ, ਹੈ ਹੋ ਜਾਣਾ। ਉਹ ਗੱਲ ਸੁਣ ਓਏ, ਮੈਂ ਨਹੀਂ ਕਿਹਾ ਬੇਟਾ ਤੁਸੀਂ ਕਿਹੜੀ ਅੰਧ ਵਿਸ਼ਾ, ਉਹ ਕੋਈ ਭੂਤ ਭਾਤ ਨਹੀਂ ਹੁੰਦੇ। ਤੁਹਾਨੂੰ ਪਤਾ ਬਚਪਨ 'ਚ ਸਾਡੀ ਦਾਦੀ ਹੁੰਦੀ ਕੋਈ ਭੂਤ ਭਾਤ ਨਹੀਂ ਹੁੰਦੇ, ਐਵੇਂ ਇਹ ਜਾਦੂਗਰ ਲੋਕ ਹੁੰਦੇ ਆ, ਪਤਾ ਨਹੀਂ ਕਿਹੜੀ ਟਰਿਕਾ ਟਰੁਕਾ ਕਰ। ਓਏ ਕੌਣ ਆ ਤੂੰ? ਮੈਂ ਜਾਦੂ ਨਹੀਂ, ਮੈਂ ਸੱਚੀ ਦਾ ਮੁੱਚੀ ਦਾ ਭੂਤ ਆ। ਸੱਚੀ ਦਾ ਕੀ ਮੁੱਚੀ ਦਾ? ਸੱਚੀ ਮੁੱਚੀ ਦਾ। ਮੁੱਚੀ ਕੌਣ? ਤੁਹਾਡੇ ਮਹੱਲੇ ਵਾਲਾ, ਉਹਦਾ ਭੂਤ ਆ? ਉੱਚੀ ਮੁੱਚੀ, ਸੱਚੀ ਮੁੱਚੀ ਦਾ ਭੂਤ ਆ? ਗੰਦਾ ਹੱਥ ਪਿੱਛੇ ਕਰ ਲਾ ਮੇਰੇ ਕੋਲੋਂ, ਭਾਵੇਂ ਤੂੰ ਭੂਤ ਆ, ਮੈਂ ਡੰਡੇ ਤੇਰੇ ਤਾਂ ਵੀ ਮਾਰ ਦਨੇ। ਮੈਂ ਤੈਨੂੰ ਤਾਂ ਹੱਥ ਦਾ ਫਾਸਲਾ ਦੇਖੋ, ਕੂਚੀ ਮੁੱਚੀ ਇੱਥੇ ਕੀਤੀ ਆ? ਮੈਂ ਕੂਚੀ ਫੜਾ ਕੇ ਇੱਥੇ ਸਾਰੇ ਥਾਣੇ 'ਚ ਮਰਵਾਉਣੀ ਆ ਤੈਨੂੰ ਮੈਂ ਦੱਸਾਂ, ਐਡਾ ਤੂੰ ਹਾਂ ਕੀ ਆ? ਅੱਛਾ ਲੈ ਵੀ ਭੂਤ ਆ, ਚਲੋ ਮੰਨ ਲੈਨੇ ਭੂਤ ਆ। ਸਿਰ ਵੈਸੇ ਬੰਦਾ ਢਿੱਡ ਵਾਸਤੇ ਕੰਮ ਕਰਦਾ ਤਾਂ ਢਿੱਡ ਹੀ ਨਹੀਂ ਹੈਗਾ, ਕਾਹਦੇ ਵਾਸਤੇ ਕਰਦਾ ਨਾ? ਤੈਨੂੰ ਕੀ ਲੋੜ ਆ? ਅੱਛਾ ਇਸ ਗੱਲ ਬਾਰੇ ਕੁਛ ਨਹੀਂ ਸੋਚਾਂਗੀ, ਜੇ ਇਹ ਕੁਐਸਚਨ ਹੋ ਗਿਆ ਤਾਂ ਮੈਂ ਕੀ ਕਵਾਂਗਾ? ਹੁਣ ਤੁਹਾਨੂੰ ਮੈਂ ਉਡਾਵਾਂਗਾ, ਹੈ ਉਡਾਵਾਂਗਾ ਹੁਣ ਤੁਹਾਨੂੰ। ਉਹ ਬਹਿ ਜਾਓ ਬਹਿ, ਅਸੀਂ ਵੈਸੇ ਬੜੀ ਉੱਡੇ ਫਿਰਦੇ ਆ ਲੋਕਾਂ ਦੇ ਸਿਰਾਂ ਤੇ। ਨਹੀਂ ਨਹੀਂ ਹੁਣ ਤੁਸੀਂ ਉੱਡੋਗੇ। ਉਹ ਕਿਸ ਤਰ੍ਹਾਂ? ਦੇਖੋ ਮਹਿਸੂਸ ਕਰੋ। ਕਰੋ ਕਰੋ ਸਰ, ਕਰੋ ਕਰੋ। ਪੁੱਤਰ ਜਿਹੜੀ ਚੀਜ਼ ਮੈਂ ਤੇਰੇ ਨਾਲ ਕਰਨੀ ਆ ਨਾ, ਉਹ ਤੇਰੇ ਤੋਂ ਮਹਿਸੂਸ ਨਹੀਂ ਹੋਣੀ, ਇਹ ਯਾਦ ਰੱਖੀ। ਸਿਰਫ ਤੈਨੂੰ ਸਿੱਧੇ ਟਾਂਕੇ ਲੱਗਣੇ ਆ ਉਹਦੇ, ਮਹਿਸੂਸ ਨਹੀਂ ਹੋਣੀ ਕਿ ਹੋਇਆ ਕੀ ਆ। ਜਨਾਬ ਇਹਨੂੰ ਕਹਿ ਦੋ ਪਟਾ ਦੇਖਿਆ ਅੰਦਰ ਉਹਨੂੰ, ਸਿਰ ਮੈਂ ਸੋਚ ਆਉਣ ਕਰਕੇ ਨਾ ਮੈਂ 3 ਦਿਨ ਦੀ ਛੁੱਟੀ ਤੇ ਚੱਲ ਜਾਣਾ, ਫਿਰ ਕਰਦਾ ਨਹੀਂ ਮਹਿਸੂਸ ਇੱਥੇ ਬੈਠਾ। ਉਹ ਯਾਰ ਮੈਂ ਭੂਤ ਆ, ਮੇਰੇ ਤੋਂ ਡਰੋ। ਵਾਹ 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 ਜੀ, ਮੈਂ ਆਪਣੇ ਪਿਓ ਤੋਂ ਨਹੀਂ ਡਰਿਆ ਕਦੀ, ਮੈਂ ਤੇਰੇ ਕੋਲ ਡਰ ਜਾਵਾਂ? ਕਿਹੜਾ ਭੂਤ ਆ ਵਾ ਤੂੰ? ਉੱਤੋਂ ਆਇਆ ਉੱਤੋਂ। ਵਾਹ ਵਾਹ, ਉੱਤੇ ਤੇ ਸਾਡੇ ਵੈਸੇ ਆਈ ਕਮਰਾ ਹੀ ਕੋਈ ਨਹੀਂ ਪਾਇਆ, ਉੱਤੇ ਕਿੱਥੇ ਰਹਿਣਾ? ਨਰਕ ਸਵਰਗ ਸੁਣਿਆ ਨਾ ਕਦੇ? ਉਹ ਤੇਰੇ ਵਰਗੀਆਂ ਚੀਜ਼ਾਂ ਨਾ ਪਰਨਾਲੇ 'ਚ ਰਹਿੰਦੀਆਂ ਹੁੰਦੀਆਂ, ਤੂੰ ਕਿਹੜੇ ਨਰਕ ਸਵਰਗ 'ਚ ਰਹਿਣ ਲੱਗ ਗਿਆ? ਉਹ ਸਾਡੇ ਦਾਦੇ ਰਹਿੰਦੇ ਸੀ ਪਰਨਾਲੇ 'ਚ। ਬਰਨਾਲੇ ਬਰਨਾਲੇ ਪਰਨਾਲੇ 'ਚ ਨਹੀਂ ਰਹਿੰਦੇ, ਅਸੀਂ ਬਰਨਾਲੇ ਤੋਂ ਆ। ਅੱਛਾ ਤੇ ਬਰਨਾਲੇ ਦੇ ਬਰਨਾਲੇ 'ਚ ਰਹਿਆ ਤੂੰ ਕਦੀ? ਬਰਨਾਲੇ 'ਚ ਨਹੀਂ ਰਹਿੰਦੇ, ਪਿੱਛੋਂ ਸਾਡਾ ਪਿੱਛੋਂ ਪਿੱਛੋਂ ਚੁੱਪ ਹੀ ਰਿਹਾ ਤੂੰ, ਤੂੰ ਤੇ ਅੱਗੇ ਅੱਗੋਂ ਬਹੁਤ ਭੈਣਾ, ਪਿੱਛੋਂ ਕਿਹੋ ਜਿਹਾ ਹੋਏਗਾ? ਹੈਲੋ ਹੈਲੋ, ਲਓ ਜੀ ਕਿੰਨੇ ਸੋਹਣੇ ਲੱਗ ਰਹੇ ਆ, ਉਹ ਜਦੋਂ ਫੋਨ ਚੱਕੀਦਾ ਉਦੋਂ ਅੱਗੋਂ ਆਵਾਜ਼ ਹੀ ਨਹੀਂ ਆਉਂਦੀ। ਹੈਲੋ, ਉਹ ਜੁੜੇ ਦੇਖੋ ਕੀ ਪ੍ਰੋਬਲਮ ਪੈ ਗਈ ਫੋਨ ਨੂੰ। ਅੱਛਾ ਫਿਰ ਹੁਣ ਚੱਲ ਠੀਕ ਆ, ਤੂੰ ਭੂਤ ਆ, ਆਹ ਤੇਰਾ ਸਰੀਰ ਵੀ ਇੱਦਾਂ ਹੈ ਨਹੀਂ, ਮੈਨੂੰ ਪਤਾ ਇਹ ਸਾਰੀਆਂ ਟ੍ਰਿਕਸ ਹੁੰਦੀਆਂ। ਅੱਛਾ ਕੀ ਪ੍ਰੋਬਲਮ ਕੀ ਆ ਹੁਣ ਤੇਰੀ? ਮੈਨੂੰ ਆਪਣੀ ਇੱਜ਼ਤ ਵਾਪਸ ਚਾਹੀਦੀ ਆ। ਵਾਹ ਵਾਹ, ਇੱਜ਼ਤ ਕੌਣ ਆ? ਆਪਾਂ ਆਦੇ ਕੱਪੜੇ ਇੱਜ਼ਤ ਆ, ਕਮੀਜ਼ ਆ ਕੋਈ, ਆ ਦੁਬਾਰਾ ਪਾ ਲੈ ਤੇਰੀ ਇੱਜ਼ਤ ਵਾਪਸ ਆ। ਇਹ ਵਾਲੀ ਇੱਜ਼ਤ ਨਹੀਂ, ਬੱਚੇ ਮੇਰੇ ਤੋਂ ਡਰਦੇ ਨਹੀਂ, ਓਏ ਲੋਕਾਂ 'ਚ ਉਹ ਅੰਧ ਵਿਸ਼ਵਾਸ ਨਹੀਂ ਰਿਹਾ, ਲੋਕੀ ਜਾਗਰੂਕ ਹੋ ਗਏ। ਅੱਛਾ ਤੂੰ ਕੀ ਚਾਹਨਾ ਕਿ ਲੋਕ ਅੰਧ ਵਿਸ਼ਵਾਸੀ ਰਹਿਣ? ਜੀ। ਅੱਛਾ ਇਹ ਕੀ ਲੈ, ਇਹਦੀਆਂ ਤੇ ਅੱਖਾਂ ਵੀ ਨਹੀਂ। ਹਾਏ ਸਰ, ਮੇਰੀ ਗੱਲ ਸੁਣ, ਇੱਕ ਨਾ ਮੇਰਾ ਫਰੈਂਡ ਆ, ਉਹ ਘਰੇ ਜੜੀ ਬੂਟੀਆਂ ਦੀ ਇੱਕ ਦਵਾਈ ਬਣਾਉਂਦਾ, ਉਹਦੇ ਨਾਲ ਡਾਰਕ ਸਰਕਲ ਹਟ ਜਾਂਦੇ ਆ ਅੱਖਾਂ ਦੇ, ਰਾਤ ਨੂੰ ਸੌਣ ਤੋਂ ਪਹਿਲੇ ਲਾਏਗਾ ਨਾ ਉਹ ਹੱਥ ਜਾਣੇ ਆ। ਕੀ ਹੋਇਆ ਭੂਤ ਨੂੰ? ਨੁਕਤੇ? ਨੁਕਤਾ ਨਹੀਂ, ਉਹ ਨੁਕਤੇ ਨਹੀਂ ਜੁਗਤਾਂ ਹੁੰਦੀਆਂ। ਅੱਛਾ ਇਹ ਜੁਗਤਾਂ ਹੁੰਦੀਆਂ? ਹਾਂ। ਤੁਮ ਪੇ ਕਿਸੇ ਨੇ ਹਰਾ ਰੰਗ ਡਾਲਾ, ਤੁਮ ਪੇ ਕਿਸੇ ਨੇ ਹਰਾ ਰੰਗ ਡਾਲਾ, ਮਾਰ ਡਾਲਾ ਮਾਰ ਡਾਲਾ। ਬੇਟਾ ਗਾਣਾ ਸਹੀ ਗਾਣਾ ਹੀ। ਹਾਂਜੀ ਸਰ, ਕਿੱਦਾਂ? ਕਿਸਨੇ ਯਹਾਂ ਪੇ ਯੇ ਗੰਦ ਡਾਲਾ, ਕਿਸਨੇ ਯਹਾਂ ਪੇ ਯੇ ਗੰਦ ਡਾਲਾ, ਇਸਕੀ ਮੁਸ਼ਕ ਨੇ ਹਮੇ ਹਾਏ ਮਾਰ ਡਾਲਾ, ਮਾਰ ਡਾਲਾ ਕੱਲਾ, ਮਾਰ ਡਾਲਾ ਚੱਲਾ, ਮਾਰ ਡਾਲਾ। ਹਾਂ ਦੱਸ ਹੁਣ ਓਈ ਹਾਲੋ ਮਾਰ ਡਾਲਾ। ਮੈਂ ਪਾਲੂਗੀ ਸਰ, ਵਧੀਆ ਲੱਗੂਗਾ। ਓਏ ਮੈਨੂੰ ਇੱਕ ਗੱਲ ਦੱਸ, ਤੂੰ ਤੇ ਉਦਾਂ ਹੀ ਬੜਾ ਭੈੜਾ ਲੱਗਣ ਰਹੀ ਹੈ ਤੇ ਹੋਰ ਖੋਲ ਕੇ ਤੂੰ। ਓ ਭਰਾਵਾ ਮੈਂ ਭੂਤ ਆ, ਭੂਤ ਮੈਂ ਤੋਂ ਡਰ ਲੋ ਜਿੰਨਾ ਡਰੀਦਾ। ਥੈਂਕ ਯੂ ਭੂਤ। ਯਾਰ ਇਹ ਕਿਹੜਾ ਭੂਤ ਆ ਜਿਹੜਾ ਆਪ ਤਰਲੇ ਮਾਰ ਮਾਰ ਕੇ ਕਹਿਣ ਦੇ ਮੇਰੇ ਕੋਲੋਂ ਡਰੋ, ਤੂੰ ਡਰਾ ਕੇ ਲੈ। ਅੱਛਾ ਮੇਰੀ ਗੱਲ ਸੁਣ, ਤੁਸੀਂ ਇਹ ਤੁਹਾਡੀਆਂ ਗੱਲਾਂ ਕਹਿਣ ਦੀਆਂ, ਤੁਸੀਂ ਡਰਦੇ ਰਹੇ ਆ। ਅੱਛਾ ਪਹਿਲੇ ਡਰਦਾ ਰਹਿਣਾ, ਹੁਣ ਨਹੀਂ ਡਰਦਾ ਮੈਂ, ਹੁਣ ਜ਼ਮਾਨਾ ਕਿੱਥੋਂ ਦਾ ਕਿੱਥੇ ਚਲਾ ਗਿਆ? ਘਰਾਂ ਦੀ ਤੋਂ ਨਹੀਂ ਡਰਦੇ? ਤੇ ਉਹ ਭੂਤ ਆ?
ਉਹ ਭੂਤ ਹੈ ਡਰ ਤਾਂ ਹੈ ਨਾ ਹੈ ਡਰ ਤਾਂ ਹੈ ਉਹ ਬੇਟਾ ਡਰ ਨਹੀਂ ਉਹਨੂੰ ਪਿਆਰ ਕਹਿੰਦੇ ਆ ਅੱਛਾ ਉਹ ਅੰਡਰਸਟੈਂਡਿੰਗ ਹੁੰਦੀ ਹੈ ਕਦੇ ਮੈਂ ਡਰ ਜਾਂਦਾ ਕਦੇ ਉਹ ਡਰ ਜਾਂਦੀ ਆ ਕਦੇ ਫਿਰ ਮੈਂ ਡਰ ਜਾਂਦਾ ਇਹ ਕਿਹੜਾ ਪਿਆਰ ਕਦੇ ਫਿਰ ਮੈਨੂੰ ਡਰਨਾ ਪੈ ਜਾਂਦਾ ਫਿਰ ਕਿਸੇ ਦਿਨ ਫਿਰ ਜਦੋਂ ਮੈਨੂੰ ਜ਼ਿਆਦਾ ਗੁੱਸਾ ਹੋਵੇ ਉਸ ਦਿਨ ਫਿਰ ਮੈਂ ਡਰ ਜਾਂਦਾ ਤੇ ਜਿਸ ਦਿਨ ਮੇਰਾ ਦਿਮਾਗ ਖਰਾਬ ਹੋ ਜਾਵੇ ਨਾ ਜਿਸ ਦਿਨ ਮੇਰਾ ਖੋਪੜ ਪੱਟ ਨਾਲ ਹੋ ਜਾਂਦੇ ਉਸ ਦਿਨ ਡਰਦਾ ਫਿਰ ਮੈਂ ਅਸਲੀ ਫਿਰ ਨਹੀਂ ਮੈਂ ਸਾਹਮਣੇ ਜਾਂਦਾ ਹੁੰਦਾ ਮੈਂ ਇੰਨਾ ਦਿਮਾਗ ਖਰਾਬ ਸਾਹਮਣੇ ਜਾਣ ਕੇ ਉੱਚ ਪੇੜਾ ਕਿਉਂ ਖਾਣੀ ਆਪਾਂ ਜਨਾਬ ਵਾਹ ਵਕੀਲ ਸਾਹਿਬ ਮੇਰਾ ਕੇਸ ਲੜੋਗੇ ਕੇਸ ਲੜੋਗੇ ਵਕੀਲ ਸਾਹਿਬ ਲੁੱਕ ਤੇ ਦੇਖੋ ਜੀ ਮੈਂ ਤਾਂ ਹੀ ਤਾਂ ਕਿਹਾ ਤੁਹਾਨੂੰ ਵਕੀਲ ਸਾਹਿਬ ਮੇਰਾ ਕੇਸ ਲੜੋਗੇ ਲੜਦੇ ਆਂ ਉਹਦੇ ਤੋਂ ਪਹਿਲਾਂ ਤੁਹਾਨੂੰ ਕੁੱਤੇ ਨਾਲ ਲੜਨਾ ਪੈਣਾ ਲੜੋਗੇ ਇਹਨੂੰ ਜੱਜ ਸਾਹਿਬ ਨੇ ਕਿਹਾ ਕਰਨਾ ਇਹਨੇ ਕਹਿਣਾ ਜੱਜ ਸਾਹਿਬ ਉਹਨੇ ਕਹਿਣਾ ਇੱਕ ਮਿੰਟ ਗੱਲ ਸੁਣ ਪਹਿਲਾਂ ਕੁਰਸੀ ਰੱਖ ਫਿਰ ਮੇਰੇ ਤੱਕ ਗੱਲ ਕਰ ਆਹ ਜਿਹੜੀ ਤੁਸੀਂ ਗੱਲ ਕੀਤੀ ਯਾਰ ਭੂਤ ਬਣ ਕੇ ਇਹਦੇ ਕੋਲ ਚੱਜ ਦੀ ਗੱਲ ਕਰ ਲੈ ਹੁਣ ਤਾਂ ਤੈਨੂੰ ਆਜ਼ਾਦੀ ਆ ਹਾਂ ਹੁਣ ਤੂੰ ਕਰ ਲੈ ਅੱਛੀ ਤੇ ਮੈਂ ਕਰਦਾ ਰਿਹਾ ਯਾਰ ਤੂੰ ਡਰੋ ਵਾਹ ਤੇਰੇ ਤੋਂ ਡਰੋ ਮੈਂ ਕਹਿਣਾ ਇਹਨੂੰ ਇਹ ਗੱਲ ਤੇਰੀ ਫੈਮਿਲੀ ਨੇ ਕਦੀ ਸੋਚੀ ਤੇਰੀ ਫੈਮਿਲੀ ਡਰੀ ਹੈ ਤੇਰੇ ਤੋਂ ਕਦੀ ਜਦ ਮੈਂ ਕਿੱਕੀ ਉਹ ਕਰਦਾ ਸੀ ਨਾ ਗੱਡੀ ਨਾਲ ਕਿੱਕੀ ਅੱਛਾ ਉਹਦਾ ਕਿੱਕੀ ਚੈਲੰਜ ਚੱਲਿਆ ਅੱਜ ਕੱਲ ਉਸੇ ਗੱਡੀ ਥੱਲੇ ਆ ਕੇ ਮਰਿਆ ਮੈਂ ਅੱਛਾ ਕਿੱਕੀ ਕਰਦਾ ਮਰ ਗਿਆ ਕਿੱਕੀ ਥੱਲੇ ਮਰਿਆ ਲੋ ਐਸੇ ਕਰਕੇ ਕਹਿੰਦੇ ਨੇ ਕਿੱਕੀ ਨਹੀਂ ਕਰਨਾ ਚਾਹੀਦਾ ਕਿੱਥੇ ਪੁਰਾਣਾ ਟਾਈਮ ਕਿੱਕਲੀ ਦਾ ਸੀ ਉਹ ਚੇਂਜ ਹੋ ਕੇ ਹੁਣ ਕਿੱਕੀ ਦਾ ਆ ਗਿਆ ਸਾਡੇ ਜਿਹੜੇ ਬਜ਼ੁਰਗ ਸੀ ਉਹ ਟਰੈਕਟਰ ਤੇ ਕਰ ਲੈਂਦੇ ਸੀ ਕਿੱਕੀ ਉਹ ਆਹੋ ਕਿੱਕੀ ਕਰਦੇ ਸੀ ਉਹ ਆਹੋ ਉਹ ਦੁਸ਼ਮਣਾਂ ਨੇ ਫੇਰ ਅਟੈਕ ਕੀਤਾ ਫੋਨ ਮੈਂ ਦੇਖ ਲਿਆ ਸੀ ਨੰਬਰ ਤੇ ਅੱਛਾ ਕਿਹੜੇ ਦੁਸ਼ਮਣ ਆ ਜੀ ਸੁਣ ਲੈ ਉਤੋਂ ਸ਼ਕਲ ਉਹ ਜੀ ਉਤੋਂ ਤੂੰ ਐਨਕਾਂ ਪਾ ਲੈਣਾ ਲੈ ਭਰਾਵਾ ਲੈ ਭੂਤ ਹੋ ਗਏ ਜੀ ਤੇਰਾ ਮੋਤੀ ਦਾ ਆਪਰੇਸ਼ਨ ਹੋਇਆ ਯਾਰ ਅਸੀਂ ਪੂਤ ਸਟਾਈਲਿਸ਼ ਹਾਂ ਮੈਂ ਸਟਾਈਲਿਸ਼ ਹਾਂ ਯਾਰ ਕੀ ਓਏ ਓਏ ਯਾਰ ਕੀ ਹਾਈ ਸਰ ਮਾਰੋ ਕੱਲੇ ਮੂੰਹ ਤੇ ਚਪੇੜ ਮਾਰੋ ਇੱਥੇ ਮਾਰੋ ਇੱਥੇ ਮੈਂ ਕੀ ਮਾਰਾਂ ਇੱਥੋਂ ਤੇ ਪਾਰ ਹੋਏ ਨਾ ਹੱਥ ਛੱਡੋ ਪਰੇ